ਮੋਗਾ ਵਿਜੀਲੈਂਸ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਬਿਜਲੀ ਬੋਰਡ ਦੇ ਸਹਾਇਕ ਜੇਈ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ DSP ਵਿਜੀਲੈਂਸ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਖੇਤਾਂ ਵਿੱਚ ਇਲੈਕਟ੍ਰੀਕਲ ਮੋਟਰ ਕਨੈਕਸ਼ਨ ਸੀ ਅਤੇ ਘੱਟ ਵੋਲਟੇਜ ਕਾਰਨ ਕੰਮ ਕਰਨਾ ਬਹੁਤ ਮੁਸ਼ਕਿਲ ਸੀ, ਜਿਸ ਕਾਰਨ ਤਬਾਦਲੇ ਦੇ ਸੰਬੰਧ ਵਿੱਚ ਬਿਜਲੀ ਬੋਰਡ ਨੂੰ ਲਿਖਿਆ ਗਿਆ ਸੀ। ਸਹਾਇਕ ਜੇਈ ਗੁਲਸ਼ੇਰ ਸਿੰਘ ਨੇ ਕਨੈਕਸ਼ਨ ਬਦਲੀ ਲਈ ਕੁੱਲ 35,000 ਰੁਪਏ ਰਿਸ਼ਵਤ ਮੰਗੀ, ਜਿਸ 'ਤੇ ਉਸ ਨੂੰ ਪਹਿਲਾਂ 15,000 ਰੁਪਏ ਪੇਸ਼ਗੀ ਲੈ ਲਏ ਸਨ ਅਤੇ ਅੱਜ ਜੇਈ ਨੂੰ ਵਿਜੀਲੈਂਸ ਨੇ 20,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਇਹ ਜੀ ਬਿਜਲੀ ਵਿਭਾਗ ਦਾ ਇਹ ਅਸਿਸਟੈਂਟ ਜੇਈ ਹੈ, ਇਹਦਾ ਨਾਮ ਗੁਲਸ਼ੇਰ ਸਿੰਘ ਨਾਮ ਹੈ ਇਹਦਾ। ਇਹ ਪਿਛਲੇ ਸਮੇਂ 'ਚ ਗੁਰਪ੍ਰੀਤ ਸਿੰਘ ਸਨ ਆਫ ਇਕਬਾਲ ਸਿੰਘ ਪਿੰਡ ਦਬੁਰਜੀ, ਇਹਨੇ ਆਪਣੇ ਟਰਾਂਸਫਾਰਮਰ ਰਖਾਉਣਾ ਸੀਗਾ, ਮੋਟਰ ਦੇ ਉੱਤੇ ਟਰਾਂਸਫਾਰਮਰ ਰਖਾਉਣਾ ਸੀ। ਉਹਦੇ ਇਵਜ਼ ਦੇ ਵਿੱਚ ਇਹ ਤੋਂ 35,000 ਰੁਪਏ ਦੀ ਮੰਗ ਕਰ ਰਿਹਾ ਸੀਗਾ, ਜੋ ਇਹਨੇ ਉਸਨੂੰ ਕਾਫੀ ਤੰਗ ਕੀਤਾ ਪਿਛਲੇ ਸਮੇਂ 'ਚ, ਤਾਂ ਇਸਨੇ ਤੰਗ ਆ ਕੇ ਪਰਸੋਂ ਇਹਨੂੰ 15,000 ਰੁਪਇਆ ਦੇ ਦਿੱਤਾ ਅਤੇ ਬਾਕੀ 20,000 ਰੁਪਏ ਦੀ ਜਿਹੜੀ ਅੱਜ ਦਾ ਇਹਨੇ ਵਾਅਦਾ ਕਰ ਲਿਆ। ਉਸ ਤੋਂ ਬਾਅਦ ਉਹਨੇ ਸਾਨੂੰ ਇੰਟੀਮੇਟ ਕੀਤਾ ਤਾਂ ਅਸੀਂ ਆਪਣਾ ਜਿਹੜਾ ਲੀਗਲ ਪ੍ਰੋਸੈਸ ਹੈ, ਦੋ ਸਰਕਾਰੀ ਗਵਾਹ ਹੁੰਦੇ ਆ, ਦੋ ADO ਅਸੀਂ ਅਪੁਆਇੰਟ ਕਰਾਏ DC ਸਾਹਿਬ ਦੇ ਹੁਕਮ ਦੇ ਨਾਲ, ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨੂੰ ਔਨ ਦਾ ਸਪੋਟ ਰੈੱਡ ਹੈਂਡਡ 20,000 ਰੁਪਏ ਦੀ ਕਰਪਸ਼ਨ ਮਿਲਿੰਗ ਦੇ ਨਾਲ ਅਰੈਸਟ ਕੀਤਾ। ਇਹ ਜੀ ਪਿੰਡ ਦਬੁਰਜੀ ਹੈ ਜੀ, ਇਹਦਾ ਗੁਰਪ੍ਰੀਤ ਦਾ ਸਨ ਆਫ ਇਕਬਾਲ ਸਿੰਘ ਇਹਦਾ ਘਰ ਹੈ ਜਿੱਥੇ ਇਹਨੇ ਟਰਾਂਸਫਾਰਮਰ ਲਾਉਣਾ ਸੀ। ਇਹਨੇ ਘਰ ਜਾ ਕੇ ਹੀ ਉੱਥੇ ਜਿਹੜਾ ਮੰਗ ਕਰ ਰਿਹਾ ਸੀ ਔਰ ਉੱਥੇ ਹੀ ਇਹਨੇ ਕਰਪਸ਼ਨ ਲਈ ਮੰਗ ਕੀਤੀ ਜੀ 20,000 ਦੀ, ਅਸੀਂ ਇਹਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਫਰਦਰ ਇਹਨੂੰ ਹੁਣ ਗ੍ਰਿਫਤਾਰ ਕੀਤਾ, ਅਸੀਂ ਇਹਦੀ ਇਨਵੈਸਟੀਗੇਟ ਕਰਾਂਗੇ, ਇਹਨੇ ਹੋਰ ਇੱਦਾਂ ਦੇ ਕਿੰਨੇ ਕੇਸ ਕੀਤੇ ਆ, ਕਿੱਥੋਂ ਕਿੱਥੇ ਕਰਪਸ਼ਨ ਲਈ ਹੈ, ਕਰਪਸ਼ਨ ਦੀ ਮਨੀ ਨਾਲ ਇਹਨੇ ਕਿੰਨੀ ਜਾਇਦਾਦ ਬਣਾਈ ਹੈ। ਫਰਦਰ ਨਹੀਂ, ਇਹਦਾ ਫਸਟ ਕੇਸ ਹੈ ਜੀ। ਭੁਪਿੰਦਰ ਜੋੜਾ ਦੀ ਰਿਪੋਰਟ, KDT News TV ਮੋਗਾ।